ਸਹੀ ਤਾਂ ਗੁਆਂਢੀ ਸ਼ਹਿਰ ਕਕਟਲਮ ਉੱਥੇ ਐਤਵਾਰ ਦੇਰ ਰਾਤ ਨੂੰ ਤਕਰੀਬਨ 9:19 ਦੇ ਉੱਤੇ ਪੁਲਿਸ ਨੂੰ ਇੱਕ ਨੌਜਵਾਨ ਜਿਹੜਾ ਜ਼ਖਮੀ ਹਾਲਤ ਵਿੱਚ ਮਿਲਿਆ ਜਿਹਦੇ ਗੋਲੀਆਂ ਮਾਰੀਆਂ ਹੋਈਆਂ ਸੀਗੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਜ ਜਾਣਕਾਰੀ ਜਿਹੜੀ ਦਿੱਤੀ ਆ ਕਿ ਇਹ ਨੌਜਵਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਅਤੇ ਇਹਦੀ ਪਛਾਣ 25 ਸਾਲਾਂ ਦੇ ਕਰਨਵੀਰ ਸਿੰਘ ਗਰਚਾ ਵਜੋਂ ਕੀਤੀ ਗਈ ਆ। ਸੋ ਇਹ ਮਰਨ ਵਾਲਾ ਨੌਜਵਾਨ ਪੰਜਾਬੀ ਸੀ। ਇਹਦੇ ਬਾਰੇ ਹਾਲੇ ਹੋਰ ਜਾਣਕਾਰੀ ਜਿਹੜੀ ਆ ਬਾਹਰ ਕੋਈ ਨਹੀਂ ਦਿੱਤੀ ਗਈ। ਪੁਲਿਸ ਨੇ ਲੋਕਾਂ ਦਾ ਸਹਿਯੋਗ ਮੰਗਿਆ ਇਸ ਮਾਮਲੇ ਵਿੱਚ। ਪੁਲਿਸ ਕਹਿੰਦੀ ਵੀ ਹਾਲੇ ਇਸ ਬਾਰੇ ਇਹ ਕਹਿਣਾ ਔਖਾ ਆ ਵੀ ਇਹ ਕੋਈ ਗੈਂਗ ਹਿੰਸਾ ਨਾਲ ਸੰਬੰਧਿਤ ਕਾਰਵਾਈ ਆ ਜਾਂ ਕੋਈ ਹੋਰ ਇਹਦੇ ਪਿੱਛੇ ਹੱਥ ਆ, ਪਰ ਅਸੀਂ ਜਾਂਚ ਕਰ ਰਹੇ ਹਾਂ। ਉਹਨਾਂ ਨੇ ਇੰਨੀ ਜਾਣਕਾਰੀ ਜ਼ਰੂਰ ਦਿੱਤੀ ਆ ਵੀ ਕੁਛ ਵਿਅਕਤੀ ਜਿਹੜੇ ਆ ਇਹਨੂੰ ਲਾ ਕੇ ਗਏ ਆ ਮੌਕੇ ਦੇ ਉੱਤੇ। ਮਰਨ ਤੋਂ ਕੋਈ ਚਿਰ ਪਹਿਲਾਂ ਇਹਨੂੰ ਇੱਕ ਗੱਡੀ ਦੇ ਵਿੱਚੋਂ ਉਤਾਰ ਕੇ ਗਏ ਆ ਉੱਥੇ, ਅਤੇ ਜਿੱਥੇ ਕਿ ਸ਼ਾਇਦ ਪਹਿਲਾਂ ਹੀ ਜਿਹੜੇ ਆ ਕਥਿਤ ਹਮਲਾਵਰ ਇਹਦੀ ਉਡੀਕ ਕਰ ਰਹੇ ਸੀਗੇ ਅਤੇ ਮੁੰਡੇ 'ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕਰਨਵੀਰ ਸਿੰਘ ਗਰਚਾ ਦਮ ਤੋੜ ਗਿਆ। ਸੋ ਪੁਲਿਸ ਕਹਿੰਦੀ ਹੈ ਵੀ ਜੇਕਰ ਤੁਸੀਂ ਉਸ ਇਲਾਕੇ ਵਿੱਚ ਸੀਗੇ ਉਸ ਵੇਲੇ ਕੁਕਟਲਮ ਦੇ ਵਿੱਚ ਫੋਸਟਰ ਐਵਨਿਊ 500 ਬਲਾਕ, ਕੋਈ ਡੈਸ਼ ਕੌਮ ਫੁਟੇਜ ਜਾਂ ਕੋਈ CCTV ਕੈਮਰਾ ਚੱਲਦਾ ਹੋਇਆ ਜਾਂ ਤੁਸੀਂ ਵੈਸੇ ਕੁਛ ਹੁੰਦਾ ਹੋਇਆ ਦੇਖਿਆ ਹੋਵੇ ਤਾਂ ਤੁਰੰਤ ਕੁਕਟਲਮ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਇਸ ਕੇਸ ਨੂੰ ਸੁਲਝਾਉਣ ਦੇ ਵਾਸਤੇ ਅਗਾਂਹ ਵਧਿਆ ਜਾ ਸਕੇ। ਇਸ ਵੀਕਐਂਡ 'ਤੇ ਕੈਨੇਡਾ ਡੇ ਮਨਾਇਆ ਗਿਆ। ਕੈਨੇਡਾ ਦਿਵਸ ਦੇ ਮੌਕੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਸਮਾਗਮ ਰੱਖੇ ਹੋਏ ਸੀ। ਸਰਕਾਰੀ ਤੌਰ ਦੇ ਉੱਤੇ, ਗੈਰ ਸਰਕਾਰੀ ਤੌਰ ਦੇ ਉੱਤੇ ਲੋਕਾਂ ਨੇ ਇਹ ਦਿਨ ਮਨਾਇਆ। ਦੂਜੇ ਪਾਸੇ ਅੱਜ ਅਮਰੀਕਾ ਦਾ ਆਜ਼ਾਦੀ ਦਿਹਾੜਾ 4 ਜੁਲਾਈ ਨੂੰ ਮਨਾਇਆ ਜਾ ਰਿਹਾ। ਇਸ ਸੰਬੰਧੀ ਬਹੁਤ ਵੱਡੇ ਪੱਧਰ ਦੇ ਉੱਤੇ ਇੰਤਜ਼ਾਮ ਪੂਰੇ ਮੁਲਕ ਦੇ ਵਿੱਚ ਕੀਤੇ ਜਾਂਦੇ ਆ। ਜਿਹੜਾ ਲੌਂਗ ਵੀਕਐਂਡ ਲੰਘ ਕੇ ਗਿਆ ਜਾਂ ਅਮਰੀਕਾ ਦੇ ਵਿੱਚ ਚੱਲ ਰਿਹਾ ਅਤੇ ਪੰਜਾਬੀਆਂ ਨੇ ਵੀ ਇਹਦੇ ਵਿੱਚ ਖੂਬ ਆਨੰਦ ਮਾਣਿਆ। ਅੱਡ ਅੱਡ ਤਰ੍ਹਾਂ ਦੇ ਪ੍ਰੋਗਰਾਮ ਅੱਡ ਅੱਡ ਸ਼ਹਿਰਾਂ ਵਿੱਚ ਰੱਖੇ ਜਾਂਦੇ ਆ। ਗੱਲ ਸਰੀ ਸ਼ਹਿਰ ਦੀ ਕਰੀਏ ਤਾਂ ਕਬੱਡੀ ਦਾ ਬਹੁਤ ਵਧੀਆ ਟੂਰਨਾਮੈਂਟ ਰਿਚਮੰਡ ਐਪਸੋਡ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ 'ਤੇ ਕਰਾਇਆ ਗਿਆ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਦਰਸ਼ਕ ਜਿਹੜੇ ਆ ਪਹੁੰਚੇ ਆ। ਅਤੇ ਸਰੀ ਦੇ ਵਿੱਚ ਸੋਕਰ, ਜਿਹਨੂੰ ਕਿ ਅਕਸਰ ਫੁੱਟਬਾਲ ਵੀ ਕਹਿ ਦਿੰਦੇ, ਯੂਰਪ ਦੇ ਵਿੱਚ, ਏਸ਼ੀਆ ਦੇ ਵਿੱਚ, ਉਹਦੇ ਬਹੁਤ ਵੱਡੇ ਮੁਕਾਬਲੇ ਮੀਰੀ ਪੀਰੀ ਟੂਰਨਾਮੈਂਟ ਦੇ ਹੇਠ BC ਟਾਈਗਰਸ ਫੁੱਟਬਾਲ ਕਲੱਬ ਵੱਲੋਂ ਕਰਵਾਏ ਗਏ। ਤਕਰੀਬਨ 200 ਦੇ ਕਰੀਬ ਟੀਮਾਂ ਨੇ ਇਹਦੇ ਵਿੱਚ ਹਿੱਸਾ ਲਿਆ, ਜਿਹਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ 55 ਸਾਲ ਤੱਕ ਦੇ ਖਿਡਾਰੀ ਸ਼ਾਮਲ ਸੀ। ਕੁਛ ਸਾਲ ਪਹਿਲਾਂ ਬ੍ਰੈਂਡਨ ਬਾਸੀ ਨਾਂ ਦਾ ਇੱਕ ਸੁਪਰ ਸਟਾਰ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਿਆ ਸੀ। ਉਹਦੇ ਨਾਂ 'ਤੇ ਬਣੀ ਹੋਈ ਟੀਮ ਜਿਹੜੀ ਆ ਉਹਨਾਂ ਨੇ $13,000 ਦਾ ਜਿਹੜਾ ਪਹਿਲਾ ਨਕਦ ਇਨਾਮ ਚੁੱਕਿਆ ਅਤੇ ਟੈਂਪਲ ਯੂਨਾਈਟਿਡ ਦੀ ਟੀਮ 5,000 ਦਾ ਦੂਜਾ ਇਨਾਮ ਜਿੱਤ ਗਈ। ਇਸੇ ਤਰੀਕੇ ਲੜਕੀਆਂ ਦੇ ਵਾਸਤੇ ਵੀ ਉਸੇ ਰਾਸ਼ੀ ਦੇ ਵਿੱਚ ਇਨਾਮ ਰੱਖੇ ਗਏ ਸੀ, ਪਰ ਪ੍ਰਬੰਧਕ ਜਿਹੜੇ ਇਸ ਗੱਲੋਂ ਥੋੜ੍ਹਾ ਜਿਹਾ ਗਿਲਾ ਕਰਦੇ ਆ ਕਿ ਲੜਕੀਆਂ ਦੀਆਂ ਟੀਮਾਂ ਘੱਟ ਆ ਅਤੇ ਉਹ ਘੱਟ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਂਦੀਆਂ, ਪਰ ਵੈਨ ਯੂਨਾਈਟਿਡ ਦੀ ਟੀਮ ਜਿਹੜੀ ਆ ਜੀ ਉਹ ਪਹਿਲੇ ਨੰਬਰ 'ਤੇ ਰਹੀ ਆ। ਦੂਜੇ ਨੰਬਰ ਦੇ ਉੱਤੇ BC ਟਾਈਗਰਸ ਮੇਜ਼ਬਾਨ ਜਿਹੜੇ ਆ ਉਹਨਾਂ ਦੀ ਟੀਮ ਰਹੀ ਆ। ਬਹੁਤ ਹੀ ਆਲਾ ਟੂਰਨਾਮੈਂਟ ਸੀ, ਪ੍ਰਬੰਧ ਬਹੁਤ ਵਧੀਆ ਸੀ, ਦੂਰੋਂ ਨੇੜਿਓਂ ਟੀਮਾਂ ਦੇ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸੀਗੇ। ਅਤੇ ਇਹਦੇ ਵਿੱਚ ਖੁਸ਼ੀ ਦੀ ਗੱਲ ਇੱਕ ਇਹ ਹੋਈ ਇਸੇ ਦੌਰਾਨ ਕਿ ਨਾਲ ਹੀ BC ਦੇ ਸੂਬਾਈ ਚੈਂਪੀਅਨਸ਼ਿਪ ਚੱਲ ਰਹੀ ਸੀਗੀ। ਜਿਹੜੀ ਪਿੱਛੇ ਤੁਸੀਂ ਤਸਵੀਰ ਦੇਖ ਰਹੇ ਹਾਂ ਇਹ BC ਟਾਈਗਰਸ ਦੇ U16 ਬੱਚਿਆਂ ਦੀ ਆ, ਮਤਲਬ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਜਿਹੜੀ ਟੀਮ BC ਟਾਈਗਰਸ ਦੀ ਆ ਉਹ ਇਸ ਵਾਰੀ ਪ੍ਰੋਵਿੰਸ਼ਲ ਚੈਂਪੀਅਨ ਬਣੀ ਆ। ਉਹਨਾਂ ਨੇ ਬਹੁਤ ਨਾਮਵਰ ਟੀਮਾਂ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਆ। ਇਹਦੇ ਵਾਸਤੇ ਸਮੁੱਚੇ ਕੋਚ, ਮਾਪੇ, ਪ੍ਰਬੰਧਕ ਜਿਹੜੇ ਆ ਵਧਾਈ ਦੇ ਹੱਕਦਾਰ ਆ। ਨਾਲ ਹੀ ਇਸੇ ਟੂਰਨਾਮੈਂਟ ਵਿੱਚ ਪ੍ਰੋਵਿੰਸ਼ਲ ਚੈਂਪੀਅਨਸ਼ਿਪ ਦੇ ਵਿੱਚ BC ਟਾਈਗਰਸ ਦੀ U15 ਯਾਨੀ ਕਿ 15 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਟੀਮ ਨੇ ਵੀ 3ਜਾ ਸਥਾਨ ਹਾਸਲ ਕੀਤਾ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।